ਅੰਤਰਾਲ ਚ ਸੋਚ ਵਿਚਾਰ ਕੇ ਕਲੈਰਿਟੀ ਆਫ ਥੋਟ ਆਈ ਹੈ ਔਰ ਇਹ ਮਨ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਲੋਕਾਂ ਨੇ ਤਾਕਤ ਬਖਸ਼ੀ ਹੁਕਮਰਾਨਾਂ ਨੂੰ ਉਹ ਚਾਰ ਪੰਜ ਬੰਦਿਆਂ ਦੇ ਭਾਵੇ ਨਾਲ ਨਾ ਬੰਨੀ ਜਾਵੇ ਔਰ ਉਹ ਲੋਕਾਂ ਦੇ ਵਾਪਸ ਆਵੇ ਕੋਲ ਦ ਪਾਵਰ ਆਫ ਦ ਪੀਪਲ ਮਸਟ ਰਿਟਰਨ ਜਿਹੜੀ ਭਾਸ਼ਾ ਹੈ ਉਹਨਾਂ ਦੀ ਉਹਨਾਂ ਦਾ ਜਿਹੜਾ ਅਸੈਂਸ ਹੈ ਜਿਹੜੀ ਉਹਨਾਂ ਦਾ ਮੈਸੇਜ ਹੈ ਉਹ ਬੜਾ ਲਾਊਡ ਐਂਡ ਕਲੀਅਰ ਜ਼ਾਹਿਰ ਹੁੰਦਾ ਹੈ। ਕਿਸੇ ਸਮੇਂ ਕਾਂਗਰਸ ਦੇ ਸਟਾਰ ਪ੍ਰਚਾਰਕ ਮੰਨੇ ਜਾਂਦੇ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਤੋਂ ਚੁੱਪ ਚੱਲ ਰਹੇ ਨੇ। ਸਿੱਧੂ ਬਾਰੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸੀ ਪਰ ਹੁਣ ਸਿੱਧੂ ਨੇ ਮੁੜ ਤੋਂ ਸਰਗਰਮ ਹੋਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਹੁਣ ਪੰਜਾਬ 'ਚ ਕਾਂਗਰਸ ਲਈ ਖਤਰੇ ਦੀ ਘੰਟੀ ਵੀ ਵੱਜਦੀ ਦਿਖਾਈ ਦਿੰਦੀ ਹੈ। ਸਿੱਧੂ ਨੇ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਨ ਲਈ ਆਪਣਾ ਯੂਟਿਊਬ ਚੈਨਲ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਸ਼ਨੀਵਾਰ ਸਵੇਰੇ ਇਸ ਯੂਟਿਊਬ ਚੈਨਲ ਦੀ ਸ਼ੁਰੂਆਤ ਕਰਦਿਆਂ ਆਪਣੀ ਪਹਿਲੀ ਵੀਡੀਓ ਪਾਈ ਹੈ। ਦੂਜੇ ਪਾਸੇ ਸਿੱਧੂ ਦੇ ਇਸ ਅਨੋਖੇ ਤਰੀਕੇ ਤੋਂ ਕਾਂਗਰਸ ਦੇ ਕਈ ਮੰਤਰੀ ਸੰਤਰੀ ਦੁਖੀ ਜਾਪ ਰਹੇ ਨੇ। ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਸਿੱਧੂ ਨੂੰ ਅਜਿਹੀਆਂ ਗੱਲਾਂ ਛੱਡ ਕੇ ਮੁੱਖ ਮੰਤਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਜੇਕਰ ਸਿੱਧੂ ਇਹਨਾਂ ਸਭ ਕੰਮਾਂ ਤੋਂ ਪਰੇ ਚੋਣ ਮੈਨੀਫੈਸਟੋ ਵਿੱਚ ਦਿੱਤੇ ਵਾਅਦੇ ਪੂਰੇ ਕਰਨ ਤਾਂ ਚੰਗਾ ਹੋਵੇਗਾ। ਇੱਥੇ ਮੈਂ ਇਹੀ ਕਹਿਣਾ ਚਾਹੁੰਦਾ, ਸਿੱਧੂ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੋ ਉਹਨਾਂ ਦੀ ਪ੍ਰਪੋਜ਼ਲ ਹੈ ਜੋ ਉਹ ਕਰਨਾ ਚਾਹੁੰਦੇ ਹੈ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਜੋ ਜਿਹੜੇ ਅਸੀਂ ਪਿਛਲੇ ਲੋਕਾਂ ਨਾਲ ਵਾਅਦੇ ਕੀਤੇ ਹੈ ਜੋ ਲੋਕਾਂ ਨਾਲ ਸਾਡੇ 2017 ਦੇ ਪ੍ਰੋਮਿਸ ਸੀਗੇ ਅਸੀਂ ਉਹਨੂੰ ਪੂਰੇ ਕਰ ਸਕੀਏ। ਉਹਨਾਂ ਦਾ ਕਹਿਣਾ ਕਿ ਸਿਰਫ ਪੰਜਾਬ ਦੇ ਵਿੱਚ ਚੰਦ ਲੋਕ 4-5 ਲੋਕ ਹੈ ਜਿਨ੍ਹਾਂ ਦੀ ਨੌਕਰੀ ਉਸ ਤੋਂ ਇਲਾਵਾ ਕੁਛ ਨਹੀਂ ਹੈ ਉਸ ਨੂੰ ਲੈ ਕੇ ਪੈਣਾ। ਉਹਨਾਂ ਦਾ ਕਹਿਣਾ ਕਿ 4-5 ਲੋਕ ਹੀ ਜਿਹੜਾ ਹੈ ਉਹਨਾਂ ਦੀ ਮਨੋਪਲੀ ਹੈ ਪੰਜਾਬ ਦੇ ਵਿੱਚ, ਬਾਕੀ ਕੁਛ ਨਹੀਂ ਹੈ ਉਸ ਨੂੰ। ਨਹੀਂ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਕਿ ਇਹਦੀ ਮਨੋਪਲੀ ਹੈ, ਸਾਰੇ ਕੰਮ ਹੋ ਰਹੇ ਆ, ਅਸੀਂ ਤਾਂ ਕੋਈ ਕਹਿ ਹੀ ਨਹੀਂ ਰਹੇ। ਮੈਂ ਤਾਂ ਕਹਿੰਦਾ ਅਗਰ ਉਹ ਜਿਹੜੇ ਪ੍ਰੋਮਿਸ ਹੈਗੇ ਆ ਉਹ ਨਾਲ ਆ ਕੇ ਚੱਲਣ ਮਾਨਯੋਗ ਮੁੱਖ ਮੰਤਰੀ ਦੇ, ਅਤੇ ਜਿਹੜਾ ਸਾਡਾ ਮੈਨੀਫੈਸਟੋ ਹੈ ਅਸੀਂ ਉਸ ਚੀਜ਼ ਨੂੰ ਪੂਰਾ ਕਰ ਸਕੀਏ। ਇੱਕ ਵਾਰ ਉਹਨਾਂ ਨੇ ਫਿਰ ਇੱਕ ਸੰਕੇਤ ਦਿੱਤਾ ਕਿ ਪਤਝੜ ਦਾ ਮੌਸਮ ਸੀ, ਬਹਾਰ ਫਿਰ ਆਏਗੀ, ਉਸ ਨੂੰ ਕੀ? ਇਹ ਤਾਂ ਹਰ ਸਾਲ ਆਉਂਦੀ ਹੈ, ਪਤਝੜ ਵੀ ਆਉਂਦੀ ਹੈ, ਬਹਾਰ ਵੀ ਆਉਂਦੀ ਹੈ, ਇਹ ਤਾਂ ਸਦੀਆਂ ਤੋਂ ਰੁੱਤ ਚੱਲੀ ਆਉਂਦੀ ਹੈ, ਇਹ ਤਾਂ ਚੱਲਦੀ ਵੀ ਰਹਿਣੀ, 5 ਸਾਲ ਬਾਅਦ ਵੀ ਚੱਲਣੀ, ਹੁਣ ਵੀ ਚੱਲਦੀ ਹੈ। ਇਹਨਾਂ ਚੀਜ਼ਾਂ 'ਤੇ ਮੈਂ ਕੁਛ ਨਹੀਂ ਕਹਿਣਾ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਕਾਂਗਰਸ ਸਰਕਾਰ ਨੇ, ਸਾਡੇ ਹਾਈਕਮਾਨ ਨੇ, ਮਾਨਯੋਗ ਮੁੱਖ ਮੰਤਰੀ ਜੀ ਨੇ, ਸਾਰਿਆਂ ਨੇ, ਸਿੱਧੂ ਸਾਹਿਬ ਨੇ ਵਿੱਚੇ ਹੀ ਲੋਕਾਂ ਨਾਲ ਪ੍ਰੋਮਿਸ ਕੀਤੇ ਸੀ। ਸਾਨੂੰ ਚਾਹੀਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਪ੍ਰੋਮਿਸ ਨੂੰ ਪੂਰਾ ਕਰੀਏ। ਹਾਲਾਂਕਿ ਸਿੱਧੂ ਦੇ ਇਸ ਫੈਸਲੇ ਤੋਂ ਕਾਂਗਰਸੀ ਕੁਝ ਖਫਾ ਨੇ ਪਰ ਆਮ ਆਦਮੀ ਪਾਰਟੀ ਨੂੰ ਸਿੱਧੂ ਦਾ ਸਟਾਈਲ ਜੰਮ ਗਿਆ ਹੈ। ਆਪ ਆਗੂ ਅਮਨ ਅਰੋੜਾ ਨੇ ਸਿੱਧੂ ਦੇ ਕਦਮ ਨੂੰ ਵਿਲੱਖਣ ਕਰਾਰ ਦਿੱਤਾ ਹੈ। ਅਮਨ ਅਰੋੜਾ ਨੇ ਕਿਹਾ ਹੈ ਕਿ ਜਿਵੇਂ ਸਿੱਧੂ ਨੇ ਆਪਣੀ ਪਹਿਲੀ ਹੀ ਵੀਡੀਓ ਵਿੱਚ ਪੰਜਾਬ ਨੂੰ ਕੁਝ ਹੱਥਾਂ ਵਿੱਚ ਖੇਡਣ ਦੀ ਗੱਲ ਆਖੀ ਹੈ ਉਹ ਬਿਲਕੁਲ ਸੱਚ ਹੈ ਅਤੇ ਇਹ ਕੁਝ ਲੋਕ ਅਕਾਲੀ ਦਲ ਅਤੇ ਕਾਂਗਰਸ ਦੇ ਹੀ ਨੇ ਜਿਹੜੇ ਕਿ ਪਿਛਲੇ 70 ਸਾਲਾਂ ਤੋਂ ਵਾਰੀ ਵਾਰੀ ਪੰਜਾਬ 'ਤੇ ਸ਼ਾਸਨ ਕਰਦੇ ਆਏ ਨੇ। ਦੇਖੋ, ਮੈਂ ਸਮਝਦਾ ਜੋ ਯੂਟਿਊਬ ਚੈਨਲ ਲਾਂਚ ਕਰਕੇ ਨਵਜੋਤ ਸਿੰਘ ਸਿੱਧੂ ਜੀ ਨੇ ਲੋਕਾਂ ਦੇ ਨਾਲ ਸੰਵਾਦ ਬਣਾਉਣ ਦਾ ਇੱਕ ਉਪਰਾਲਾ ਕੀਤਾ, ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਵਿੱਚ ਹਰੇਕ ਵਿਅਕਤੀ ਨੂੰ, ਹਰੇਕ ਪਾਰਟੀ ਨੂੰ, ਹਰੇਕ ਲੀਡਰ ਨੂੰ ਆਪਦੀ ਗੱਲ ਕਹਿਣ ਦਾ ਹੱਕ ਹੁੰਦਾ ਅਤੇ ਗੱਲ ਕਹਿਣੀ ਵੀ ਚਾਹੀਦੀ ਹੈ। ਮੈਂ ਸਮਝਦਾ ਕਿ ਇਹ ਇੱਕ ਵਿਲੱਖਣ ਇਨੀਸ਼ੀਏਟਿਵ ਹੈ ਉਹਨਾਂ ਦਾ। ਜਿੱਥੇ ਤੱਕ ਗੱਲ ਰਹੀ ਉਹਨਾਂ ਨੇ ਕਿਹਾ ਕਿ 4-5 ਲੋਕਾਂ ਦੇ ਪਾਵੇ ਨਾਲ ਪੰਜਾਬ ਦੀ ਸੱਤਾ ਜਿਹੜੀ ਉਹ ਨਹੀਂ ਬੰਨੀ ਰਹਿ ਸਕਦੀ, ਇਹਦੇ 'ਚ ਕੋਈ ਦੋ ਰਾਇ ਨਹੀਂ ਹੈ। ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਨਾਮ ਰੱਖਿਆ ਚੈਨਲ ਦਾ, ਜਿੱਤੇਗਾ ਪੰਜਾਬ, ਇਸ ਤੋਂ ਇੱਕ ਚੀਜ਼ ਬੜੀ ਸਪਸ਼ਟ ਜ਼ਾਹਿਰ ਹੁੰਦੀ ਹੈ ਕਿ ਪਿਛਲੇ 70-72 ਸਾਲਾਂ ਦੇ ਵਿੱਚ ਚਾਹੇ ਰਾਜ ਕਾਂਗਰਸ ਪਾਰਟੀ ਦਾ ਰਿਹਾ ਅਤੇ ਚਾਹੇ ਅਕਾਲੀ ਦਲ ਭਾਜਪਾ ਦਾ ਰਿਹਾ,
ਪੰਜਾਬ ਹਾਰਦਾ ਰਿਹਾ, ਇੰਡੀਵਿਜੁਅਲਸ ਔਰ ਇਹ ਪਾਰਟੀਆਂ ਨੇ ਜਿਹੜੀਆਂ ਉਹ ਜਿੱਤਦੀਆਂ ਰਹੀਆਂ ਨੇ। ਪੰਜਾਬ ਦੇ ਜਿੰਨੇ ਮਸਲੇ ਨੇ, ਚਾਹੇ ਉਹ ਜਵਾਨੀ ਦਾ ਹੋਵੇ, ਚਾਹੇ ਕਿਸਾਨੀ ਦਾ ਹੋਵੇ, ਚਾਹੇ ਪੰਜਾਬ ਦੀ ਅਰਥ ਵਿਵਸਥਾ ਦਾ ਹੋਵੇ, ਚਾਹੇ ਪੰਜਾਬ ਦੇ ਵਪਾਰੀ ਸ਼ਹਿਰੀ ਭਰਾਵਾਂ ਦਾ ਹੋਵੇ, ਮਸਲੇ ਔਰ ਪੰਜਾਬ ਦੇ ਲੋਕ ਉਹ ਹਾਰਦੇ ਰਹੇ ਨੇ। ਹਾਂ, ਇਹ ਪਾਰਟੀਆਂ ਤੇ ਇਹ ਲੀਡਰ, ਚਾਹੇ ਕਾਂਗਰਸ ਨੇ ਚਾਹੇ ਕਰਦੇ ਨੇ, ਉਹ ਜ਼ਰੂਰ ਜਿੱਤਦੇ ਰਹੇ ਨੇ। ਸੋ ਇਸ ਤੋਂ ਇਹ ਜਿਹੜੀ ਭਾਸ਼ਾ ਹੈ ਉਹਨਾਂ ਦੀ, ਉਹਨਾਂ ਦਾ ਜਿਹੜਾ ਸੈਂਸ ਹੈ, ਜਿਹੜੀ ਉਹਨਾਂ ਦਾ ਮੈਸੇਜ ਹੈ, ਉਹ ਬੜਾ ਲਾਊਡ ਐਂਡ ਕਲੀਅਰ ਜ਼ਾਹਿਰ ਹੁੰਦਾ। ਕਿਉਂਕਿ ਜਦੋਂ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਆਪਾਂ ਦੇਖਿਆ, ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਆਪਣੇ MLA ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਰ ਸ਼ੈਲੀ ਪ੍ਰਤੀ ਵਿਰੋਧਤਾ ਸੀਗੀ, ਉਹਨਾਂ ਅਸੰਤੁਸ਼ਟੀ ਸੀਗੀ, ਉਹੀ ਚੀਜ਼ ਅੱਜ ਨਵਜੋਤ ਸਿੰਘ ਸਿੱਧੂ ਜੀ ਦੇ ਗੱਲ ਦੇ ਵਿੱਚੋਂ ਸਾਫ਼ ਜ਼ਾਹਿਰ ਹੁੰਦੀ ਹੈ। ਮੈਂ ਸਮਝਦਾ ਕਿ ਪੰਜਾਬ ਦੇ ਲੋਕ ਨੇ ਜਿਹੜੇ, ਪੰਜਾਬ ਦੇ ਮੁੱਦੇ ਨੇ ਜਿਹੜੇ, ਉਹ ਜਿੱਤਣੇ ਚਾਹੀਦੇ ਨੇ। ਅਤੇ ਇਸ ਜੇ ਆਪਾਂ ਰੀਡ ਬਿਟਵੀਨ ਦ ਲਾਈਨਸ ਜੇ ਆਪਾਂ ਦੇਖੀਏ, ਅਤੇ ਇੱਕ ਮੈਂ ਇਹ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਗਨ ਮੋਹਨ ਰੈੱਡੀ, ਪੰਜਾਬ ਦਾ ਮਾਧਵ ਰਾਓ ਸਿੰਧੀਆ, ਉਹ ਇਨ ਦ ਮੇਕਿੰਗ ਹੈ। ਕਿਉਂਕਿ ਅੱਜ ਪੰਜਾਬ ਦੇ ਲੋਕ ਨੇ ਜਿਹੜੇ, ਉਹ ਚਾਹੇ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਅਤੇ ਚਾਹੇ ਪਿਛਲੀ ਅਕਾਲੀ ਦਲ ਭਾਜਪਾ ਦੀ ਸਰਕਾਰ, ਦੋਨਾਂ ਤੋਂ ਹੀ ਬਹੁਤ ਨਿਰਾਸ਼ ਨੇ, ਮਾਯੂਸ ਨੇ, ਅਤੇ ਪੰਜਾਬ ਹਾਰਿਆ ਹੋਇਆ, ਟੁੱਟਿਆ ਹੋਇਆ ਮਹਿਸੂਸ। ਦੱਸ ਦਈਏ ਕਿ ਸਿੱਧੂ ਨੇ ਸ਼ਨੀਵਾਰ ਸਵੇਰੇ ਆਪਣੇ ਚੈਨਲ ਤੇ ਪਹਿਲੀ ਵੀਡੀਓ ਪਾਉਂਦਿਆਂ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੇ ਜਿਹੜੀ ਤਾਕਤ ਉਹਨਾਂ ਨੂੰ ਦਿੱਤੀ ਹੈ, ਉਹ ਕਿਧਰੇ 4-5 ਹੁਕਮਰਾਨਾਂ ਦੇ ਪਾਵੇ ਨਾਲ ਨਾ ਬੰਨੀ ਜਾਵੇ। ਇਸ ਲਈ ਉਹ ਆਪਣਾ ਚੈਨਲ ਸ਼ੁਰੂ ਕਰ ਰਹੇ ਨੇ, ਜਿਸ ਦੇ ਮਾਧਿਅਮ ਰਾਹੀਂ ਉਹ ਲੋਕਾਂ ਨਾਲ ਸਿੱਧੇ ਆਪਣੇ ਵਿਚਾਰ ਸਾਂਝੇ ਕਰ ਸਕਣਗੇ। ਖੈਰ, ਜੋ ਵੀ ਹੋਵੇ, ਅੰਤ ਵਿੱਚ ਇਹੀ ਕਹਿ ਸਕਦੇ ਹਾਂ ਕਿ ਸਿੱਧੂ ਦੇ ਚੈਨਲ ਤੋਂ ਕੋਈ ਖੁਸ਼ ਹੋਵੇ ਜਾਂ ਦੁਖੀ, ਪਰ ਆਉਣ ਵਾਲੇ ਦਿਨਾਂ ਵਿੱਚ ਸਿੱਧੂ ਦੀਆਂ ਵੀਡੀਓਜ਼ ਕਈ ਲੋਕਾਂ ਨੂੰ ਖੂਨ ਦੇ ਹੰਝੂ ਜ਼ਰੂਰ ਰਵਾਉਣ ਵਾਲੀਆਂ ਨੇ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ, ਪੰਜਾਬੀ ਲੋਕ ਚੈਨਲ।